ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 20 ਅਗਸਤ ਨੂੰ ਹੋਣ ਵਾਲੀ ਲੌਂਗੋਵਾਲ ਵਿਖੇ ਬਰਸੀ ਸਮਾਗਮ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਤੇ ਖਾਲੀ ਅਕਾਲੀ ਦਲ ਵਿਚਲਾ ਨਖੇੜਾ ਜਿਹੜਾ ਕਰ ਦੇਣਗੇ ਔਰ ਮੈਂ ਕਹਿ ਸਕਦਾ ਕਿ ਇਹ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮਾਗਮਾਂ ਤੇ ਇੱਕ ਪਾਸੇ ਜੇਲ੍ਹਾਂ ਕੱਟਣ ਵਾਲੇ ਤਸ਼ੱਦਦ ਸਹਿਣ ਵਾਲੇ ਮੋਰਚਿਆਂ ਵਿੱਚ ਜਾਣ ਵਾਲੇ ਸੰਘਰਸ਼ਾਂ ਵਿੱਚ ਕੁਰਬਾਨੀਆਂ ਕਰਨ ਵਾਲੇ ਅਕਾਲੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਦੇਣਗੇ। ਦੂਜੇ ਪਾਸੇ ਰੇਤ ਮਾਫੀਆ, ਕੇਬਲ ਮਾਫੀਆ, ਭੋਏ ਮਾਫੀਆ, ਝੋਲੀ ਚੁੱਕ ਤੇ ਜੀ ਹਜ਼ੂਰੀ ਜਿਹੜੇ ਨੇ ਉਹ ਸੰਤ ਜੀ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਢੌਂਗ ਰਚਣਗੇ। ਔਰ ਮੈਂ ਕਹਿ ਸਕਦਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜਿਹੜੀ ਸੋਚ ਵਿਚਾਰਧਾਰਾ ਮੋਰਚਾ ਜਿੱਤ ਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡੀ ਤਾਂ ਸੁਖਬੀਰ ਸਿੰਘ ਬਾਦਲ ਮੋਰਚਾ ਹਾਰ ਕੇ ਵੀ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ। ਮਤਲਬ ਇੱਕ ਵਾਰ ਨਹੀਂ 5-6 ਵਾਰ 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 ਹਾਰਾਂ ਦੇ ਬਾਵਜੂਦ ਵੀ ਮੋਰਚਾ ਛੱਡ ਮਤਲਬ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ। ਜੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਤੇ ਸਮਾਗਮਾਂ ਤੇ ਸ਼ਰਧਾਂਜਲੀ ਦੇਣ ਆਉਣਾ ਤਾਂ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਤਿਆਗ ਕਰਨਾ ਪਏਗਾ। ਜਿਹੜੀ ਵਰਕਰਾਂ ਦੀ ਭਾਵਨਾ ਜਿਹੜੀ ਉਹਨਾਂ ਵੱਲੋਂ ਬਣਾਈ ਕਮੇਟੀ ਨੇ ਲਿਖਤੀ ਰੂਪ ਵਿੱਚ ਸਿਫਾਰਸ਼ ਕੀਤੀ ਆ ਔਰ ਮੈਂ ਅਪੀਲ ਵੀ ਕਰਾਂਗਾ ਉਸ ਕਮੇਟੀ ਵਿੱਚ ਸ਼ਾਮਲ ਉਸ ਕਮੇਟੀ ਦੀਆਂ ਸਿਫਾਰਸ਼ਾਂ ਲਿਖਤੀ ਤੌਰ 'ਤੇ ਲਿਖਣ ਵਾਲੇ ਸਾਰੇ ਸਾਡੇ ਮਾਣਯੋਗ ਆਗੂਆਂ ਨੂੰ ਕਿ ਉਹ ਆਪਣੀ ਕਹੀ ਗੱਲ 'ਤੇ ਅਮਲ ਕਰਾਉਣ ਤਾਂ ਕਿ ਪੰਥ ਨੂੰ ਬਚਾ ਸਕੀਏ, ਪੰਜਾਬ ਨੂੰ ਬਚਾ ਸਕੀਏ, ਉਸ ਮਹਾਨ ਜਥੇਬੰਦੀ ਜਿਸ ਜਥੇਬੰਦੀ ਦੀ ਮਾਣ ਸ਼ਾਨ ਅਤੇ ਸਨਮਾਨ ਲਈ ਸੰਤ ਹਰਚੰਦ ਸਿੰਘ ਲੌਂਗੋਵਾਲ ਸ਼ਹਾਦਤ ਦਾ ਜਾਂ ਪੀ ਗਏ ਉਸ ਜਥੇਬੰਦੀ ਨੂੰ ਅਸੀਂ ਮੁੜ ਕੇ ਪੈਰਾਂ ਸਿਰ ਕਰ ਸਕੀਏ। ਅੱਜ ਬੜੀਆਂ ਵੱਡੀਆਂ ਚੁਣੌਤੀਆਂ ਨੇ ਪੰਥ ਅੱਗੇ, ਪੰਜਾਬ ਅੱਗੇ। ਅੱਜ ਕੇਂਦਰ ਜਿਹੜੀ ਆ ਪੰਜਾਬ ਨੂੰ ਹਰ ਪੱਖੋਂ ਕਮਜ਼ੋਰ ਕਰਨਾ ਚਾਹੁੰਦੀ ਆ। ਅੱਜ ਪੰਜਾਬ ਦੇ ਆਰਥਿਕ ਸਰੋਤ ਜਿਹੜੇ ਨੇ ਉਹਨਾਂ ਨੂੰ ਰੋਕ ਲਾ ਤੀ ਔਰ ਪੰਜਾਬ ਦੇ ਮਤਲਬ ਹਰ ਸੜਕਾਂ ਜੋਗਾ ਪੈਸਾ ਨਹੀਂ ਹੈ, ਸੜਕਾਂ ਟੁੱਟੀਆਂ ਪਈਆਂ, ਖੱਡੇ ਭਰਨ ਲੱਗਾ ਪੈਸਾ ਨਹੀਂ ਹੈ, ਤਨਖਾਹਾਂ ਦੇਣ ਜੋਗਾ ਪੈਸਾ ਨਹੀਂ, ਬਿਜਲੀ ਬੋਰਡ ਦੀ ਇਨਫਰਾਸਟ੍ਰਕਚਰ ਮਜ਼ਬੂਤ ਕਰਨ ਲਈ ਦਵਾਨੀ ਬਚੀ ਨਹੀਂ ਹੈ। ਸੋ ਅੱਜ ਪੰਜਾਬ ਆਰਥਿਕ ਪੱਖੋਂ ਕੰਗਾਲ ਹੋ ਗਿਆ, ਹੌਲਾ ਹੋ ਗਿਆ, ਆਮਦਨ ਦੇ ਸਾਰੇ ਸਾਧਨ ਜਿਹੜੇ ਬੰਦ ਹੋ ਗਏ। ਸੋ ਅੱਜ ਜ਼ਰੂਰਤ ਆ ਕੇਂਦਰ ਨੂੰ ਪੰਜਾਬ ਦੇ ਹੱਕ ਲੈਣ ਲਈ ਇੱਕ ਮਜ਼ਬੂਤ ਤਾਕਤਵਰ ਅਕਾਲੀ ਦਲ ਦੀ ਲੋੜ ਅੱਜ ਨਜ਼ਰ ਆ ਰਹੀ ਆ। ਪਰ ਮਜ਼ਬੂਤ ਅਤੇ ਤਾਕਤਵਰ ਅਕਾਲੀ ਦਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸੋਚ 'ਤੇ ਚੱਲ ਕੇ ਹੀ ਬਣ ਸਕਦਾ ਜੇ ਲੀਡਰਸ਼ਿਪ ਤਿਆਗ ਦਿਖਾਵੇ, ਜੇ ਲੀਡਰਸ਼ਿਪ ਕੁਰਬਾਨੀ ਕਰੇ। ਜੇ ਸਰ ਸੁਖਬੀਰ ਸਿੰਘ ਬਾਦਲ ਝੂਦਾ ਕਮੇਟੀ ਦੀਆਂ ਸਿਫਾਰਿਸ਼ਾਂ 'ਤੇ ਅਮਲ ਕਰਦਿਆਂ ਜੇ ਪਾਰਲੀਮੈਂਟ ਬੋਰਡ ਬਣਾ ਸਕਦੇ ਨੇ, ਜੇ ਉਹ 'ਤੇ ਅਮਲ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ 'ਤੇ ਆਪਣੀਆਂ ਹੋਈਆਂ ਗਲਤੀਆਂ ਨੂੰ ਆਪਣੀ ਝੋਲੀ 'ਚ ਪਵਾ ਸਕਦੇ ਨੇ ਤਾਂ ਫਿਰ ਪ੍ਰਧਾਨਗੀ ਤੋਂ ਲਾਂਭੇ ਹੋਣ ਦੀ ਨੰਬਰ 1 ਦੀ ਸ਼ਰਤ, ਇੱਕੋ ਇੱਕ ਸ਼ਰਤ ਨੂੰ ਪੂਰਾ ਕਰਨ ਵਿੱਚ ਉਹਨਾਂ ਨੂੰ ਕੋਈ ਝਿਜਕ ਨਹੀਂ ਦਿਖਾਉਣੀ ਚਾਹੀਦੀ, ਉਹਨਾਂ ਨੂੰ ਕੋਈ ਦੇਰੀ ਨਹੀਂ ਲਾਉਣੀ ਚਾਹੀਦੀ। ਮੈਂ ਸਮਝਦਾ ਜੇ ਉਹ ਇਸ ਸੋਚ 'ਤੇ ਚੱਲਣਗੇ, ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਵਿਚਾਰਧਾਰਾ 'ਤੇ ਚੱਲਣਗੇ, ਤਿਆਗ ਦੀ ਭਾਵਨਾ ਦਿਖਾਉਣਗੇ, ਤਾਂ ਸਹੀ ਮਾਇਨਿਆਂ ਵਿੱਚ ਮੈਂ ਕਹਿ ਸਕਦਾ ਕਿ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਦੇਣ ਦੇ ਹੱਕਦਾਰ ਹੋ ਸਕਣਗੇ। ਭਾਵੇਂ ਪਹਿਲਾਂ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਬਰਸੀ ਦੇ ਸਮਾਗਮਾਂ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੁੰਦੇ ਰਹੇ ਨੇ, ਪਰ ਮੈਂ ਸਮਝਦਾ ਇਸ ਵਾਰ
ਇਸ ਵਰਸੀ ਦੇ ਸਮਾਗਮਾਂ ਵਿੱਚ ਖਾਸ ਤੌਰ ਤੇ ਸੰਗਰੂਰ, ਪਟਿਆਲਾ ਤੇ ਹੋਰ ਥਾਵਾਂ ਤੇ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤਾਂ ਇੱਕ ਇਤਿਹਾਸਕ ਇਕੱਠ ਹੋਏਗਾ, ਭਾਰੀ ਇਕੱਠ ਹੋਏਗਾ। ਔਰ ਇਸ ਇਕੱਠ ਨੇ, ਮੈਂ ਦੁਹਰਾਉਣਾ ਚਾਹੁੰਦਾ ਕਿ ਇਸ ਇਕੱਠ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਖਾਲੀ ਅਕਾਲੀ ਦਲ ਦਾ ਨਖੇੜਾ ਕਰ ਦੇਣਾ, ਔਰ ਸੰਤ ਹਰਚਰਨ ਸਿੰਘ ਲੌਂਗੋਵਾਲ ਦੀ ਵਿਚਾਰਧਾਰਾ 'ਤੇ ਚੱਲਣ ਵਾਲੇ ਅਤੇ ਉਸ ਵਿਚਾਰਧਾਰਾ ਦੇ ਵਿਰੋਧੀਆਂ ਦਾ ਨਖੇੜਾ ਕਰ ਦੇਣਾ। ਇਹ ਇੱਕ ਆਉਣ ਵਾਲੇ ਸਮੇਂ ਵਿੱਚ, ਭਵਿੱਖ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤਵਰ ਅਕਾਲੀ ਦਲ ਬਣਾਉਣ ਲਈ ਇਹ ਵਾਰਸੀ ਸਮਾਗਮ ਰਾਹ ਪੱਧਰਾ ਕਰਨ ਲਈ